ਇਹ ਸਾਡੇ ਲੌਂਗ ਰਾਈਡਰ ਵੀ ਨੇ ਜੀ, ਤੇਰਾਂ ਦੀ ਅਸਤਬਲ 40-50 ਦੇ ਵਿੱਚ ਘੋੜੇ ਹਰ ਸਮੇਂ ਰਹਿੰਦੇ ਆ, ਤੇ ਕਿਸੇ ਵੀ ਸ਼ੋਅ 'ਚ ਤੁਸੀਂ ਇਹਨਾਂ ਨੂੰ ਦੇਖੋਗੇ, ਆਪਣੇ ਘੋੜਿਆਂ ਨੂੰ ਬੜੇ ਪਿਆਰ ਨਾਲ ਆਪ ਸ਼ੋਅ ਕਰਦੇ ਆ। ਇਹਨਾਂ ਦੇ ਫਾਰਮ 'ਤੇ ਵੀ ਜਾਓ, ਤੁਹਾਨੂੰ ਸਵਾਦ ਆਊਗਾ। ਇੰਨੇ ਘੋੜਿਆਂ ਨੂੰ ਪਾਲਣਾ ਬੜੀ ਮਿਹਨਤ ਦਾ ਕੰਮ ਹੈ ਜੀ। 283 ਫਿਫਥ ਪੋਜੀਸ਼ਨ ਓਨਰ ਧਰੁਵ ਸਿੰਘ ਕੰਵਰ ਜੀ। ਚੌਥੀ ਪੋਜੀਸ਼ਨ ਹਾਸਲ ਕੀਤੀ ਹੈ ਜੀ 274 274 ਬੱਗਾ ਨੰਦਗੜ। ਕੀ ਨਾਂ ਹੈ ਬੱਗਾ ਜੀ ਘੋੜੀ ਦਾ? ਅੱਛਾ, ਵਾਹ ਜੀ ਬੱਗਾ ਜੀ। ਇਹਦਾ ਨਾਂ ਹੈ ਜੀ ਪਦਮ ਸ਼੍ਰੀ। ਇਹਦੇ ਓਨਰ ਨੇ ਜੀ ਸਿਧਾਰਥ ਗੁਪਤਾ ਜੀ ਬਣ ਸਕੇ। ਗੁਪਤਾ ਜੀ ਕੋਲੇ ਵੀ ਸ਼ਾਇਦ 40+ ਘੋੜੀਆਂ ਟੋਟਲ ਹੋਣਗੀਆਂ ਜੀ, ਬਹੁਤ ਵੱਡਾ ਨੰਬਰ ਹੈ ਇਹਨਾਂ ਕੋਲੇ। ਬਾਈ ਜੀ ਸਾਈਡ ਦਿਓ ਤਾਂ ਕਿ ਫੋਟੋ ਹੋ ਸਕੇ। ਇੱਕ ਵਾਰੀ ਫੇਰ ਮੁਬਾਰਕ ਜੀ ਗੁਪਤਾ ਜੀ ਨੂੰ। ਕਈ ਬੰਦਿਆਂ ਨੂੰ ਲੱਗਦਾ ਵੀ ਆ ਇਕੱਲਾ ਹੀ ਬੰਦਾ ਨਾਮ ਲੈ ਜਾਂਦਾ, ਇਹ ਵੀ ਵੇਖੋ ਨਾ, ਮਗਰ ਬਰੂਦ ਕਿੱਡਾ, 40-40 ਘੋੜੀਆਂ ਲੋਕ ਰੱਖੀ ਬੈਠੇ ਆ ਤਾਂ ਜਾ ਕੇ ਨੰਬਰ ਲੱਗਦੇ ਆ। ਬੜਾ ਮਿਹਨਤ ਦਾ ਕੰਮ ਹੈ ਇਹਨੇ ਘੋੜਿਆਂ ਨੂੰ ਪਾਲਣਾ। 284 ਨੰਬਰ 284 ਥਰਡ ਪੋਜੀਸ਼ਨ ਹਾਸਲ ਕੀਤੀ ਹੈ ਜੀ। ਦਰਸ਼ਕ ਵੀ ਆ ਜੀ, ਲਵਾ ਦਿਓ ਇੱਕ ਵਾਰੀ ਤਾੜੀ ਮਾਰ ਕੇ। ਵੈਸੇ ਤਾੜੀ ਕੋਈ ਐਡੀ ਜ਼ਰੂਰੀ ਨਹੀਂ ਹੁੰਦੀ, ਪਰ ਚਲੋ ਅਗਲੇ ਦਾ ਹੌਸਲਾ ਵੱਧ ਜਾਂਦਾ। 284 ਧਰੁਵ ਸਿੰਘ ਕੰਵਰ ਜੀ ਤੀਜਾ ਸਥਾਨ ਹਾਸਲ ਕਰਿਆ ਇਹਨਾਂ ਨੇ ਤੀਜੇ ਨੰਬਰ ਤੇ। ਗੱਲ ਫੇਰ ਉਹੀ ਆ ਗਈ ਬਾਈ ਜੀ, ਵੱਡੀਆਂ ਘੋੜੀਆਂ ਰੱਖੀਆਂ ਇਹਨਾਂ ਨੇ ਬੜੇ ਲੰਬੇ ਸਮੇਂ ਤੋਂ, ਬੜਾ ਤਜਰਬਾ ਹੈ। ਮੈਂ ਧਰੁਵ ਭਾਈ ਨੂੰ ਪਹਿਲੀ ਵਾਰੀ ਮਿਲਿਆ ਸੀ 2006 'ਚ, ਉਦੋਂ ਵੀ ਅਸੀਂ ਇੱਕ ਹੋਰ ਸ਼ੋਅ 'ਚ ਮਿਲੇ ਸੀ ਪਟਿਆਲੇ। ਉਸ ਟਾਈਮ ਵੀ ਇਹਨਾਂ ਕੋਲ ਫਾਰਮ 'ਤੇ 30-35 ਘੋੜੀਆਂ ਸੀਗੀਆਂ ਜੀ। ਧਰੁਵ ਭਾਈ ਜੀ ਦੇ ਫਾਦਰ ਸਾਹਿਬ ਨੇ, ਉਹਨਾਂ ਨੂੰ ਵੀ ਘੋੜੀਆਂ ਦਾ ਬਹੁਤ ਸ਼ੌਕ ਹੈ, ਦੰਗਲ ਇਹਨਾਂ ਦਾ ਫਾਰਮ ਹੈ ਜੀ। ਭਾਈ ਰਾਹੁਲ ਜੀ ਕੈਂਡੀ ਸਰਟੀਫਿਕੇਟ ਦਿਓ ਜੀ ਐਂਡ ਕੈਸ਼ ਪ੍ਰਾਈਜ਼। ਦੂਜੀ ਪੋਜੀਸ਼ਨ ਹਾਸਲ ਕੀਤੀ ਹੈ ਜੀ 288 288 288 ਨੰਬਰ। ਬਹੁਤ ਬਹੁਤ ਮੁਬਾਰਕਾਂ ਜੀ। ਇਹ ਘੋੜੀ ਮੈਨੂੰ ਗੱਭਣ ਵੀ ਲੰਬੇ ਸਮੇਂ ਦੀ ਲੱਗਦੀ ਹੈ, ਸ਼ਾਇਦ 10 ਮਹੀਨਿਆਂ ਦੀ ਇਹ ਗੱਭਣ ਹੋਊਗੀ। ਇਸ ਘੋੜੀ ਦਾ ਜਿਹੜਾ ਸਾਇਰ ਹੈ ਜੀ ਐਂਡੀ ਨੌਰਦਰਨ ਡਾਂਸਰ, ਇਹ ਮੀਰ ਸਟੱਡ ਫਾਰਮ ਸੂਰਤ ਪੈਦਾ ਹੋਈ ਸੀ ਜੀ, ਅਤੇ ਇਹਦੇ ਓਨਰ ਨੇ ਸਰਦਾਰ ਪਰਮਿੰਦਰ ਸਿੰਘ ਜੀ ਮੌੜ ਅਤੇ ਹਰਬੀਰ ਮੌੜ। ਘੋੜੀ ਦਾ ਨਾਮ ਹੈ ਜੀ ਪੂਨਮ। ਪਹਿਲਾ ਸਥਾਨ ਪ੍ਰਾਪਤ ਕੀਤਾ ਜੀ ਸ਼ੋਅ ਨੰਬਰ 271। ਇਸ ਘੋੜੀ ਦਾ ਨਾਮ ਹੈ ਜੀ ਸੇਜ, ਓਨਰ ਨੇ ਬਾਬਾ ਗਗਨਦੀਪ ਸਿੰਘ ਜੀ। ਤੇ ਮੈਂ ਦੱਸਦਾ ਇਹ ਉਹ ਘੋੜੀ ਹੈ ਜੇ ਰਾਜਿਆਂ ਦਾ ਰਾਜ ਹੁੰਦਾ, ਮਨਕਲੇ ਲੜਾਈ ਲੱਗ ਜਾਂਦੀ ਹੈ ਇਸ ਘੋੜੀ ਵਾਸਤੇ। ਤੇ ਇਸ ਘੋੜੀ ਨੇ ਆਪਣੇ ਕੈਰੀਅਰ 'ਚ 17 ਸ਼ੋਅ ਜਿੱਤੇ ਹੈ ਜੀ। ਫੇਮਸ ਘੋੜੇ ਕਾਲੇ ਕਾਂਟੇ ਦੀ ਇਹ ਬੱਚੀ ਹੈ, ਤੇ ਪੰਜਾਬ 'ਚ ਇਹ ਬਰੀਡ ਹੋਈ ਹੈ। 17 ਸ਼ੋਅ ਜਿੱਤਣੇ ਖਾਲਾ ਜੀ ਦਾ ਬਾੜਾ ਨਹੀਂ, ਤੇ ਫਿਰ ਵੀ ਲੋਕ ਆਖ ਦਿੰਦੇ ਆ ਜੱਜਿੰਗ 'ਚ ਪਾਰਸ਼ੈਲਿਟੀ ਹੁੰਦੀ ਹੈ। ਇਹੋ ਜਿਹੀ ਘੋੜੀ ਨੂੰ ਹਰਾਉਣਾ ਵੀ ਸੌਖਾ ਕੰਮ ਨਹੀਂ, ਤੇ ਐਡਾ ਲੰਬਾ ਸਮਾਂ ਇੱਕ ਘੋੜੀ ਨੂੰ ਸ਼ੋਅ ਵਾਸਤੇ ਤਿਆਰ ਰੱਖਣਾ ਵੀ ਛੋਟੀ ਗੱਲ, ਇਹ ਵੀ ਬੜੀ ਮਿਹਨਤ ਦਾ ਕੰਮ ਹੈ, ਬੜੀ ਹਿੰਮਤ ਹੈ। ਬਹੁਤ ਬਹੁਤ ਮੁਬਾਰਕ
भी बाबा जगनदीप जी नूं, भाई हरिंदर जी नूं बहुत मुबारक, इन्हां दी सारी टीम नूं। भाई हरिंदर जी बड़े दिल नाल घोड़ियां नूं शो करते हैं जी, इन्हां ने कई घोड़ियां नूं चैंपियन बनाया अपनी हैंडलिंग के दौरान। भाई हरिंदर सिंह जी शाहपुर, इहो जिहे बंदियां तों भी कोई गुर लैणा चाहीदा जी नवें बंदियां नूं, वी घोड़ियां नूं किवें शो करना। बहुत मुबारक जी, एदा भी रिकॉर्ड होना मिलना दा शान घोड़े वांगू इन्ने ज्यादा शो जितण दा। इस तो तुरंत बाद नुकरियां घोड़ियां दा मुकाबला जी। भाई जी राह छड़ दिओ, कृपा करके रास्ता खाली कर दिओ जी, दिखाए केड़ी घोड़ी विनर आई है फर्स्ट नंबर, रास्ता खाली कर दिओ, तो शेयर कर दिओ, चैनल नूं सबसक्राइब कर लिओ।